पा मखण ते टिंड पूरी दुध दी या पका मकरीदा जगे वाई ध्यान हाल वाई ध्यान किला भोए वाख छड़ी ध्यान ਪੰਜਾਹ ਤੋੜੇ ਜਿਹੜੇ ਬੋਰੀਆਂ ਹੁੰਦੀਆਂ ਨੇ ਉਹ ਚਾਂਦੀ ਦੀ ਸਨ ਉਸ ਟਾਈਮ ਆ ਚਾਂਦੀ ਦੀਆਂ ਅੱਛਾ ਉਹ ਫਿਰ ਕਿਹਨੂੰ ਇਹਨਾਂ ਨੇ ਵੰਡੀਆਂ ਜਾਂ ਉਹ ਆ ਮਿਲਟਰੀ ਆਈ ਹੈ ਜਿਸ ਵਕਤ ਉਸ ਕੱਢ ਕੇ ਹਰ ਸ਼ੇ ਅੱਗੇ ਦਰ ਛੜੀ ਉਸ ਆਖਿਆ ਆਹ ਸਮਾਨ ਖਤਰੀਆਂ ਦਾ ਨਾਨਾ ਮੇਰਾ ਉਹਦੇ ਕੋਲ ਆ ਕੇ ਨਾ ਅੱਛਾ ਉਹ ਸਿੱਖਣੀਆਂ ਬਿਮਾਰ ਹੋ ਜਾਣਾ ਤੋ ਦਾਰੂ ਉਹ ਲੱਗੇ ਆਉਂਦੇ ਹਨ ਤੇ ਲੈ ਜਾਂਦੇ ਹਨ ਇਹ ਉਹਨਾਂ ਦੇ ਘਰ ਜਾਂਦਾ ਰਹਿੰਦਾ ਨਾਨਾ ਤੁਹਾਡਾ ਕੀ ਨਾਂ ਸੀ ਨਾਨੇ ਦਾ ਰਾਮਤ ਰਾਮਤ ਬੜਾ ਫਰਕ ਹੈ ਉਹ ਵਕਤ ਹੋਰ ਆ ਅੱਜ ਵਕਤ ਹੋਰ ਕਿਵੇਂ ਦੱਸੋ ਨਾ ਉਹਦੇ 'ਚ ਕੀ ਅੱਜ ਮਗਿਆ ਹੀ ਫਾਦ ਕੇ ਕੰਡਾ ਕੱਢ ਛੜਿਓ ਆ ਉਹ ਤੇ ਹਰ ਸ਼ੇ ਸਸਤੀ ਆਈ ਅੱਜ ਨਾ ਉਹ ਅਗਲੇ ਦੁੱਧ ਰਹੇ ਨਾ ਉਹ ਘਿਓ ਰਹੇ ਆ ਖਾਦ ਨਿਕਲਦੀ ਗਈ ਹੈ ਮਗਰੋਂ ਸਪਰੇਅ ਨਿਕਲਦੇ ਗਏ ਅੱਜ ਮੁਲਕ ਹਸਪਤਾਲ ਪਿਓ ਆ ਕਿਸੇ ਨੂੰ ਮਾਲੇ ਨੂੰ ਵੀ ਜ਼ਹਿਰ ਬਾਦ ਹੈ ਬੰਦਿਆਂ ਨੂੰ ਵੀ ਜ਼ਹਿਰ ਬਾਦ ਹੈ ਕੋਈ ਸੂਰ ਦੀ ਕਤਰੀ ਕਿਸੇ ਨੂੰ ਵੀ ਨਾ ਆਉਂਦਾ ਜੋਟਾ ਜਾਂ ਵਿੜਕਾ ਹੋਵਿਆ ਢਾਈ ਮਣ ਦਾ ਪੰਤਾਲੀ ਰੁਪਈਏ ਸਾਰੀ ਕੀਮਤ ਉਹਦੀ ਹੁੰਦੀ ਆ ਪੰਤਾਲੀ ਰੁਪਈਏ ਹਾਂ ਵੱਡੇ ਵੱਡੇ ਆਸੇ ਤੇ ਕੁੜੀਆਂ ਜਾ ਤੱਕ ਰਲ ਕੇ ਸੋਤੇ ਵੀ ਖੇਡਦੇ ਫਿਰੇ ਕੋਈ ਖਾਬ ਖਿਆਲ ਵੀ ਕਿਸੇ ਨੂੰ ਕੋਈ ਨਾ ਹੀ ਹੁੰਦੀ ਸ਼ਿਦਾਨਪੁਰਨ ਵਾਲੀ ਅਤੇ ਹੁਣ ਹੁਣ ਤਾਂ ਐਡੇ ਐਡੇ ਬੱਚੇ ਨੂੰ ਨਾਨੂੰ ਵੀ ਸਾਰਾ ਪਤਾ ਬੋਲ ਕੋਈ ਨਹੀਂ ਇਹਨਾਂ ਟੀਮੀਆਂ ਫਾਦ ਕੇ ਅਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਬਜ਼ੁਰਗੋ ਕੀ ਹਾਲ ਹੈ ਠੀਕ ਠਾਕ ਕੀ ਨਾਮ ਹੈ ਆਪਣਾ ਗੁਲਾਮ ਅਲੀ ਨਾਮ ਗੁਲਾਮ ਅਲੀ ਗੁਲਾਮ ਅਲੀ ਤੁਹਾਡੇ ਅੱਬਾ ਜੀ ਦਾ ਕਰੀਮ ਬਖਸ਼ ਰਹੀਮ ਬਖਸ਼ ਅਤੇ ਦਾਦਾ ਜੀ ਦਾ ਗੁਲਾਮ 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 ਆਪਣੀ ਬਰਾਦਰੀ ਕਿਹੜੀ ਹੈ ਜੀ ਹਾਂ ਆਪਣੀ ਕਸ਼ਮੀਰੀ ਕਸ਼ਮੀਰੀ ਬਰਾਦਰੀ ਹਾਂ ਇਹ ਜਿਹੜਾ ਪਿੰਡ ਹੈ ਆਪਣਾ ਛਿੰਮੋ ਸਣ ਹੈ ਹਾਂ ਛਿੰਮੋ ਸਣ ਛਿੰਮੋ ਸਣ ਛਿੰਮੋ ਦਾ ਤਹਿਸੀਲ ਅਤੇ ਜ਼ਿਲ੍ਹਾ ਮੰਡੀ ਹੈ ਹਾਂ ਮੰਡੀ ਆ ਠੀਕ ਹੈ ਹਾਂ ਅਤੇ ਜਦੋਂ ਇਹ 1947 ਦਾ ਹੋਇਆ ਵਾਕਿਆ ਦੋ ਵੱਖਰੇ ਵੱਖਰੇ ਮੁਲਕ ਬਣੇ ਨੇ ਉਦੋਂ ਆਪਣੀ ਉਮਰ ਕਿੰਨੀ ਸੀ ਕੋਈ 15 ਸਾਲ ਆਈ 15 ਸਾਲ ਹਾਂ ਠੀਕ ਹੈ ਅਤੇ ਉਦੋਂ ਜਿਹੜਾ ਆਪਣਾ ਪਿੰਡ ਸੀ ਹੈ ਛਿੰਮੋ ਹਾਂ ਇੱਥੇ ਮੁਸਲਮਾਨਾਂ ਦੀ ਕਿਹੜੀ ਕਿਹੜੀ ਬਰਾਦਰੀਆਂ ਸਨ ਉਦੋਂ ਇਸ ਪਿੰਡ 'ਚ ਮੁਸਲਮਾਨਾਂ ਦੀ ਬਰਾਦਰੀ ਹੁਣ ਉਹ ਮੁਸਲਮਾਨ ਹੀ ਜਾਣ ਅੱਛਾ ਖੱਤਰੀ ਤਾਂ ਆ ਕੋਈ ਨਹੀਂ ਇੱਥੇ ਅੱਛਾ ਪਾਸੇ ਤੋਂ ਹੀ ਜਾਂਦੇ ਆਣ ਅੱਛਾ ਅਤੇ ਇਹ ਆਪਸ ਵਿੱਚ ਜਾਂ ਜ਼ੋਰ ਬੁੱਢੇ ਕਾ ਅਤੇ ਜਾਂ ਬਾਗਿਆਂ ਦਾ ਆ ਦੱਖਣੇ ਵਾਲੇ ਪਾਸੇ ਬਾਗਿਆ ਪਰ ਬਹੁਤ ਬੁੱਢੇ ਕਿਆ ਇਹ ਜਿਹੜੀ ਤੁਹਾਡੇ ਪਿੰਡ ਦੁਕਾਨਾਂ ਸਨ ਇਹ ਕਿਹਨਾਂ ਦੀਆਂ ਸਨ ਇਹ ਹਾਂ ਨੂੰ ਖੱਤਰੀਆਂ ਬਣਾਈ ਹੋਈਆਂ ਖੱਤਰੀਆਂ ਉਹਨਾਂ ਦੇ ਨਾਂ ਪਤਾ ਕਿਹੜੇ ਕਿਹੜੇ ਹਨ ਜਿਹਨਾਂ ਦੀ ਦੁਕਾਨਾਂ ਸਨ ਉਹ ਦਵੰਦਰ ਸਿਆਹੀ ਕਿਹਦੇ ਨਾਂ ਉਹ ਠਾਕਰ ਆ ਠਾਕਰ ਠਾਕਰ ਉਸ 'ਤੇ ਇੰਜਣ ਲਾਇਓ ਆ ਅੱਛਾ ਉਹਨੇ ਮਸ਼ੀਨ ਲਾਈ ਸੀ ਮਸ਼ੀਨ ਲਾਈ ਆ ਅੱਛਾ ਦੂਜਾ ਇਹ ਇੱਕ ਮਾਲਕ ਆ ਮਾਲਕ ਮਾਲਕ ਅੱਛਾ ਮਾਝੀਏ ਦੋ ਜਾਂਦੇ ਆਣ ਅੱਛਾ ਉਹਨਾਂ ਦੀ ਦੁਕਾਨ ਆਈ ਇੱਕ ਅੱਛਾ ਉਹ ਜ਼ਿੰਮੇਦਾਰਾਂ ਦੀ ਆਈ ਬਣੀ ਹੋਈ ਠੀਕ ਹੈ ਉੱਥੇ ਆਪਣਾ ਦੀਵਾਰ ਲਾ ਆਉਂਦੇ ਅਤੇ ਨਿਵਾਸੀ ਟੁੱਟ ਜਾਂਦੇ ਆਣ ਹਾਂ ਪਰ ਉਹਨਾਂ ਜਿਹੜਾ ਵਿਚਕਾਰ ਲੋਕੇ ਦੇ ਹਾਂਜੀ ਇੱਥੇ 3-4 ਉਹ ਦੁਕਾਨਾਂ ਇਹ ਖੱਤਰੀਆਂ ਦੀਆਂ ਇਹ ਵੀ ਖੱਤਰੀ ਬੰਦ ਆਉਣ ਵਿੱਚ ਉਹ ਆਉਣ ਜ਼ਿੰਮੇਦਾਰਾਂ ਦੀ ਬੰਦ ਖੱਤਰੀ ਆਉਣ ਅੱਛਾ ਹਾਂ ਠੀਕ ਹੈ ਅਤੇ ਉਹੀ ਹੁਣ ਵਿੱਚੇ ਜ਼ਿੰਮੇਦਾਰ ਵੀ ਉਹ ਹੁਣ ਸ਼ੇਰਾ ਜੈਤੀਪੁਰ ਗਿਆ ਉੱਥੋਂ ਜੈਤੀਪੁਰ ਆਇਆ ਤਾਂ ਉਸ ਵੀ ਦੁਕਾਨ ਉਸੇ ਬਜ਼ਾਰੇ ਵਿੱਚ ਹੀ ਰੱਖੀ ਅੱਛਾ ਹਾਂ ਉਹ ਕੌਣ ਸੀ ਕੀ ਨਾਂ ਦੱਸਿਆ ਉਹਦਾ ਉਹ ਸ਼ੇਰਾ ਨਾਂ ਆ ਸੋ ਜਿਹੜਾ ਬਹਾਦਰ ਰਾਜੇ ਦਾ ਉਹਦਾ ਉਹ ਸਾਡੂ ਆ ਉਹਦੀ ਭੈਣ ਆਈ ਉਹਦੀ ਉਹਦੇ ਘਰ ਜੈਤੀਪੁਰ ਨੇ ਆਪਣੇ ਪਿੰਡ ਦਾ ਉਦੋਂ ਲੰਬੜਦਾਰ ਕੌਣ ਸੀ ਇਹ ਤੇਰਾ ਮੁਨਬਖਸ਼ ਰੋਸ਼ਨ ਦਾ ਅੱਛਾ ਇਹ ਲੰਬੜਦਾਰ ਸੀ ਹਾਂ ਇਹ ਲੰਬੜਦਾਰ ਠੀਕ ਹੈ ਆਪਣੇ ਪਿੰਡ 'ਚ ਉਦੋਂ ਸਕੂਲ ਹੈ ਸੀ ਨਾ ਕੋਈ ਨਾ ਕਿੱਥੇ ਜਾਂਦੇ ਸੋ ਪੜ੍ਹਨ ਸਾਣੇ 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 ਜਾਂਦੇ ਆ ਕੋਈ ਮਾਸਟਰਾਂ ਦੇ ਨਾਂ ਯਾਦ ਨੇ ਉਦੋਂ ਜਿਹੜੇ ਪੜ੍ਹਾਉਂਦੇ ਹੁੰਦੇ ਨਾ ਮੈਨੂੰ ਕੋਈ ਨਹੀਂ ਯਾਦ ਤੁਸੀਂ ਗਏ ਵੀ ਨਹੀਂ ਸਕੂਲ ਨਾ ਮੈਂ ਨਹੀਂ ਗਿਆ ਅੱਛਾ ਅਤੇ ਇਹ ਜਦੋਂ 1947 ਦਾ ਰੌਲਾ ਹੋਇਆ ਤੁਹਾਡੇ ਪਿੰਡ 'ਤੇ ਨਹੀਂ ਕੋਈ ਵੱਡ ਵਡੰਗਾ ਹੋਇਆ ਨਹੀਂ ਕੋਈ ਨਹੀਂ ਹੋਇਆ ਇਹ ਕਿੱਧਰ ਗਏ ਸਨ ਫਿਰ ਇਹ ਜਿਹੜੇ ਖੱਤਰੀ ਖੁੱਤਰੀ ਸਨ ਪਿੰਡ ਵਾਲੇ ਖੱਤਰੀ ਇੱਥੋਂ ਟੁਰ ਕੇ ਇਹਨਾਂ ਨੂੰ ਰੱਬ 'ਚ ਆਇਆ ਅਤੇ ਉਹ ਅਗਾ ਟੁਰ ਗਿਆ ਨੂੰ ਜਿਸ ਮੁਲਕ ਇਹਨਾਂ ਜਾਣਾ ਆ ਅੱਛਾ ਹੌਲੀ ਹੌਲੀ ਜਿਹੜੇ ਸਿਆਣੇ ਹਨ ਉਹ ਪਹਿਲੋ ਹੀ ਨਿਕਲ ਗਏ ਹਨ ਖਨਾਣੀ 'ਚੋਂ ਅੱਛਾ ਜਿਹੜੇ ਸਿਆਣੇ ਹਨ ਪਹਿਲੇ ਚਲੇ ਉਹ ਪਹਿਲੋ ਹੀ ਨਿਕਲ ਗਏ ਹਨ ਅੱਛਾ ਦੂਜੇ ਜਿਹੜੇ ਆ ਨੂੰ ਸਮਾਨ ਸਮੂਨ ਉਹ ਲੰਬਰੇ ਦੀ ਹਵੇਲੀ 'ਚ ਆ ਕੇ ਜਮ੍ਹਾਂ ਹੋਇਆ
ਇਹ ਖੱਤਰੀਆਂ ਦਾ ਸਮਾਨ ਕਿੱਥੇ ਜਮ੍ਹਾਂ ਹੋਇਆ ਸੀ? ਮਨ ਬਖਸ਼ੇ ਰੋਸ਼ਨ ਦੀ ਹਵੇਲੀ ਵਿੱਚ ਆ ਕੇ ਜਮ੍ਹਾਂ ਹੋਇਆ। ਕੀ ਕੀ ਸਮਾਨ ਸੀ ਤੁਹਾਨੂੰ ਯਾਦ ਹੋਣਾ? ਸਮਾਨ ਆ ਮੰਜੀਆਂ, ਬਿਸਤਰੇ, ਅੱਛਾ, ਤੋ 50 ਤੋਲਾ ਚਾਂਦੀ ਆਈ। 50 ਤੋਲਾ ਕਿ ਤੋੜਾ? ਤੋੜਾ ਤੋੜਾ ਆ ਕੇ ਜਮ੍ਹਾਂ ਕਰਾਈ ਆਈ। ਅੱਛਾ, ਅਖੀਰੀ ਸੋਨੇ ਦਾ ਮੈਨੂੰ ਕੋਈ ਨਹੀਂ ਪਤਾ ਉਹ ਕੀ ਕੁਝ। 50 ਤੋੜੇ ਜਿਹੜੇ ਬੋਰੀਆਂ ਹੁੰਦੀਆਂ ਨੇ ਉਹ ਚਾਂਦੀ ਦੀ ਸਨ ਉਸ ਟਾਈਮ? ਹਾਂ, ਚਾਂਦੀ ਦੀਆਂ। ਅੱਛਾ, ਉਹ ਫਿਰ ਕਿਹਨੂੰ ਇਹਨਾਂ ਨੇ ਵੰਡੀਆਂ ਜਾਂ? ਉਹ ਆ ਮਿਲਟਰੀ ਆਈ ਹੈ ਜਿਸ ਵਕਤ ਉਸ ਕੱਢ ਕੇ ਹਰਸ਼ ਅੱਗੇ ਦਰ ਛੜੀ ਉਸ ਆਖਿਆ ਆਹ ਸਮਾਨ ਖੱਤਰੀਆਂ ਦਾ। ਵਾਹ ਜੀ ਵਾਹ। ਅੱਛਾ, ਉਹ ਤਾਂ ਫਿਰ ਬੜੇ ਮਾਲਦਾਰ ਸਨ ਬੰਦੇ। ਜਾ ਹਿੰਦੂ ਵਸਦੇ ਹਨ। ਤੁਹਾਡੇ ਹਾਣ ਦਾ ਵੀ ਕੋਈ ਆਇਆ ਸੀ ਉਹਨਾਂ 'ਚੋਂ ਕਿ ਨਹੀਂ? ਨਹੀਂ, ਮੇਰੇ ਹਾਣ ਦਾ ਹੀ ਕੋਈ ਨਾ। ਅੱਛਾ, ਜਿਹੜਾ ਆਪਣਾ ਪਿੰਡ ਛਿੰਮੋ, ਇੱਥੇ ਕੋਈ ਉਸ ਜ਼ਮਾਨੇ 'ਚ ਕੋਈ ਭਲਵਾਨ ਵਗੈਰਾ ਵੀ ਹੁੰਦੇ ਸਨ? ਭਲਵਾਨੀ ਕਰਦਾ ਸੀ ਕੋਈ? ਨਹੀਂ, ਸਾਡੇ ਪਿੰਡ ਵਿੱਚ ਕੋਈ ਨਾ, ਇੱਕ ਉਹ ਖਨਾਣਿਆਂ ਦਾ ਅਰਾਈ, ਉਹ ਕੁਸ਼ਤੀ ਮੁਸ਼ਤੀ ਕਰਦਾ, ਹੋਰ ਸਾਡੇ ਗੁਰਦਾ ਕੋਈ ਨਾ। ਅਤੇ ਤੁਹਾਡੇ ਪਿੰਡ 'ਚ ਉਦੋਂ ਵੱਡਾ ਜ਼ਿਮੀਂਦਾਰ ਕੌਣ ਸੀ? ਸਾਡੇ ਜ਼ਿਮੀਂਦਾਰ ਉਹ ਭਵੇਂ ਸਗਤੂਆਣਿਆਂ ਕੋਲ ਵਾਲੀ ਆਈ, ਅਦਮਾਣਿਆਂ ਕੋਲ ਵਾਲੀ ਆਈ, ਅਦਮਾਣਿਆਂ ਕੋਲ ਪੰਜ ਪੰਜ ਮੁਰੱਬੇ ਬੋਲਾਈ ਦੂੰ ਕਰਾਂ ਕੋ ਤਰੂ। ਜਿਹੜੇ ਖੱਤਰੀ ਤੁਹਾਡੇ ਪਿੰਡ ਰਹਿੰਦੇ ਸਨ, ਪੰਜ ਚਾਰ ਦੁਕਾਨਾਂ ਵਾਲੇ, ਇਹਨਾਂ 'ਚੋਂ ਫਿਰ ਕਦੇ ਕੋਈ ਪਰਤ ਕੇ ਨਹੀਂ ਆਇਆ ਆਪਣਾ ਪਿੰਡ ਵੇਖਣ? ਨਾ, ਕੋਈ ਨਹੀਂ ਆਇਆ। ਨਹੀਂ ਆਏ? ਨਾ, ਕੋਈ ਨਹੀਂ ਆਇਆ। ਇਹ ਜਿਹਨੇ ਮਸ਼ੀਨ ਲਾਈ ਸੀ ਉਹਦਾ ਕੀ ਨਾਂ ਦੱਸਿਆ ਸੀ? ਠਾਕਰ। ਠਾਕਰ, ਉਹ ਦਾਣੇ ਪੀਂਦਾ ਸੀ? ਦਾਣੇ ਪੀਂਦਾ। ਇਹ ਸਾਰੇ ਬਚ ਕੇ ਚਲੇ ਗਏ ਉਦੋਂ? ਕੋਈ ਇੱਥੇ ਵੱਡ ਵਡੰਗਾ ਨਹੀਂ ਆਇਆ? ਨਾ ਨਾ, ਕੋਈ ਨਾ, ਬਿਲਕੁਲ। ਅਤੇ ਫਿਰ ਇਹਨਾਂ ਦੇ ਮਕਾਨਾਂ 'ਚ ਕੌਣ ਆਇਆ ਬਾਅਦ 'ਚ? ਉਹ ਨਿਲਾਮ ਹੋਈ ਹੈ ਬੋਏ। ਅੱਛਾ, ਅੱਗੋਂ ਜ਼ਿਮੀਂਦਾਰਾਂ ਹੀ ਆਪਣਾ ਕਬਜ ਕਰ ਲਏ? ਮਹਾਜਰ ਨਹੀਂ ਆਏ? ਨਾ, ਕੋਈ ਨਹੀਂ ਆਇਆ। ਉਂਝ 1947 ਤੋਂ ਪਹਿਲਾਂ ਜਦੋਂ ਤੁਸੀਂ 15 ਸਾਲ ਦੇ ਸੋ, ਇਹਨਾਂ ਨਾਲ ਮਿਲਣ ਮਿਲਾਪ ਹੁੰਦਾ ਸੀ? ਖੁਸ਼ੀ ਗਮੀ ਜਾਂਦੇ ਹੋਏ ਇੱਕ ਦੂਜੇ ਦੀ ਖੱਤਰੀਆਂ ਬਾਅਦ? ਹਾਂ। ਨਾ, ਕੋਈ ਨਾ ਜਾਂਦਾ। ਉਹ ਵੀ ਨਹੀਂ ਸੁਣਾਉਂਦੇ ਤੁਹਾਡਾ ਕੋ ਫੌਤਰੀ ਖੁਸ਼ੀ ਗਮੀ? ਕੋਈ ਨਾ। ਅੱਛਾ, ਹਾਂ, ਨਾਨਾ ਮੇਰਾ ਉਹਦੇ ਕੋਲ ਆ ਕੇ ਨਾ, ਅੱਛਾ, ਉਹ ਸਿੱਖਣੀਏ ਬਿਮਾਰ ਹੋ ਜਾਣਾ ਤੋ ਦਾਰੂ ਉਹ ਲੱਗੇ ਆਉਂਦੇ ਹਨ ਤੇ ਲੈ ਜਾਂਦੇ ਆ, ਇਹ ਉਹਨਾਂ ਦੇ ਗਲਤ ਜਾਂਦਾ ਰਹਿੰਦਾ। ਨਾਨਾ ਤੁਹਾਡਾ? ਹਾਂ। ਕੀ ਨਾਂ ਸੀ ਨਾਨੇ ਦਾ? ਰਾਮਤ। ਰਾਮਤ, ਮਤਲਬ ਜੇ ਕੋਈ ਬਿਮਾਰ ਹੋ ਜਾਂਦਾ ਸੀ ਤੇ ਉਹ ਲੈ ਜਾਂਦੇ ਆ ਦਵਾਈ ਜਾਂ ਦਮ ਦਾਰੂ ਕਰਾਉਂਦੇ? ਬਿਲਕੁਲ, ਉਹ ਲੈ ਜਾਂਦੇ ਆ। ਅੱਛਾ, ਤੇ ਦੂਸਰਾ ਜਿਹੜਾ ਤੁਸੀਂ ਉਹ ਸੁਨਾਰੇ ਸੋ ਕੇ ਅਸੀਂ ਬਾਹਰ ਗਏ ਸਾਂ ਤੇ ਉਹ ਇੱਕ ਅੱਲਾ ਵਾਲਾ ਕੋ ਆਇਆ ਤੇ ਉਹਨੇ ਕਿਹਾ ਉਹ ਗੱਲ ਸੁਣਾਓ? ਉਹ ਅਸੀਂ ਆਉਂਦੇ ਹਾਂ, ਅਸੀਂ ਲੋਕੋ ਲਾਂਦੇ ਆ ਪਾਸੇ ਰੋਕਾ ਟਾਲੀ, ਉਹਦੇ ਹੇਠ ਦਰੰਗੇ ਸੱਟੇ ਜਾ ਕੇ ਈਦ ਆਈ। ਅੱਛਾ, ਰਾਜ ਪੁੱਜ ਕੇ ਆ ਛੁਰੀ ਟੁਰ ਗਈ ਉੱਥੇ। ਅੱਛਾ, ਜਿਸ ਵੇ ਟੁਰ ਗਈ ਏ ਲੰਮੇ, ਉਹ ਦੂਜੇ ਲੰਮੇ ਪਾਉਂਦੇ ਗਏ ਸਾਈਂ ਦਾ ਕੋੜੀ ਸਾਵੀ ਜਿਹੀ ਚਿੱਟੇ ਜਿਹੇ ਰੰਗ ਉੱਤੇ ਸਾਵੀ ਪੱਗ ਉਸ ਬੱਧੀ ਹੋਈ। ਅੱਛਾ, ਸਾਵੀ ਘੋੜੀ, ਚਿੱਟੀ ਘੋੜੀ, ਸਾਵੀ ਪੱਗ, ਐਡੀ ਪੱਗ ਉਸ। ਅੱਛਾ, ਉਹ ਕੁਦਰਤੀ ਹਵਾ ਹੀ ਆਈ ਅੱਲਾ ਅੱਲਾ ਕੁਛ। ਹਾਂ, ਉਸ ਆਖਿਆ ਬਸ ਸੁੱਤੇ ਪਏ ਉੱਠ ਪਓ, ਸੁਮਾਰੀ ਅੱਜੋ ਵਾਲ ਬੋਜੋ ਵਾਲ ਵੱਢ ਕੇ ਸੇਖ ਤੇ ਆ ਚੜੇ ਖੜੋਤੇ, ਸੁਮਾਰੀ ਨੱਪੜੇ ਖੜੋਤੇ। ਅੱਛਾ, ਸੁਣੀ ਆ ਉਸ ਵੇ ਅਸਾਂ ਲੋਕਾਂ ਵਿੱਚੋਂ ਜਾ ਕੇ ਦੱਸਦੇ ਗਏ ਤੇ ਮੁੰਡਾ ਲੋਕ ਸਾਡਾ ਤਣੀ ਬੰਨ ਨਿਕਲਿਆ, ਪਰਬਤੇ ਵਾਲੇ ਪਰਬਤੇ ਪਾਸੇ ਖੜੋ ਗਏ, ਦੱਖਣ ਵਾਲੇ ਦੱਖਣ ਖੜੋ ਗਏ। ਅੱਛਾ, ਅਖੀਰੀ ਮੁੜ ਰੋਸ਼ਨ ਗਾਮੇ ਦਾ ਗੋਲੀ 'ਤੇ ਚੜਿਆ, ਗੱਠਾ ਪਾ ਕੇ ਗਲੇ ਵਿੱਚ ਬਲਮੇ ਵਾਲਾ ਮਗਰ ਬਾਇਆ। ਅੱਛਾ, ਉਹ ਸਾਰਾ ਫਿਰ ਕੇ ਨਿਮਾਸ਼ਾ ਨੂੰ ਆ ਗਿਆ, ਉਸ ਆਖਿਆ ਆਵਾਜ਼ ਆਈ ਲੱਗ ਗਈ। ਇਹ ਗੱਲ ਠੀਕ ਜੇ ਅਸੀਂ ਗੱਲ ਕਰੀਏ 1947 ਤੋਂ ਪਹਿਲਾਂ ਦੀ ਰਹਿਣ ਸਹਿਣ ਦੀ, ਹੁਣ ਦੇ ਅਤੇ ਉਦੋਂ ਦੇ ਰਹਿਣ ਸਹਿਣ 'ਚ ਕੀ ਫਰਕ ਹੈ? ਜਿਵੇਂ ਉਦੋਂ ਤੁਸੀਂ ਹਲ ਚਲਾਉਂਦੇ ਸੋ, ਸਵੇਰੇ ਕੰਮਾਂ 'ਤੇ ਨਿਕਲ ਜਾਂਦੇ ਹੋ, ਅਤੇ ਹੁਣ ਦੇ ਅਤੇ ਉਦੋਂ ਦੇ ਰਹਿਣ ਸਹਿਣ 'ਚ ਕੀ ਫਰਕ ਹੈ? ਬੜਾ ਫਰਕ ਹੈ, ਉਹ ਵਕਤ ਹੋਰ ਆ, ਅੱਜ ਵਕਤ ਹੋਰ। ਕਿਵੇਂ, ਕੁਝ ਦੱਸੋ ਨਾ ਉਹਦੇ 'ਚ ਕੀ? ਅੱਜ ਮਹਿੰਗਾਈ ਫੱਦ ਕੇ ਕੰਡਾ ਕੱਢ ਛੜਿਆ ਹੋਇਆ, ਉੱਥੇ ਹਰ ਸ਼ੈ ਸਸਤੀ ਆਈ। ਅੱਜ ਨਾ ਉਹ ਅਗਲੇ ਦੁੱਧ ਰਹੇ ਨਾ, ਨਾ ਉਹ ਘਿਓ ਰਹੇ, ਆਹ ਖਾਦ ਨਿਕਲਦੀ ਗਈ। ਖਾਦ ਖੁਰਾਕ ਕੋਈ ਨਹੀਂ ਨਾ, ਆਹ ਖਾਦ ਨਿਕਲਦੀ ਗਈ ਹੈ, ਮਗਰੋਂ ਸਪਰੇ ਨਿਕਲਦੇ ਗਏ। ਅੱਜ ਮੁਲਕ ਹਸਪਤਾਲ ਪਿਓ ਆ, ਕਿਸੇ ਨੂੰ ਮਾਲੇ ਨੂੰ ਵੀ ਜ਼ਹਿਰ ਬਾਦ ਹੈ, ਬੰਦਿਆਂ ਨੂੰ ਵੀ ਜ਼ਹਿਰ ਬਾਦ ਹੈ, ਕੋਈ ਸੂਰ ਦੀ ਕਤਰੀ ਕਿਸੇ ਨੂੰ ਵੀ ਨਾ ਹੁੰਦਾ। ਅਸਾਂ ਆਪ ਸਾਗ ਦਮਿਆਂ ਦਾ ਵੀ ਖਾਧਾ, ਇਸ ਦਾ ਤੇਰੇ ਦਾ ਚਿਬੜਿਆਂ ਦਾ ਵੀ ਖਾਧਾ, ਵੀ ਖਾਧਾ ਸਾਲਣ। ਅੱਛਾ, ਆ ਸੂਰ ਦੀ ਕਤਰੀ ਕਿਸੇ ਨੂੰ ਸਿਰੇ ਨੂੰ ਪੀੜ ਵੀ ਨਾ ਹੀ ਹੁੰਦੀ ਹੁੰਦੀ, ਦੇਸੀ ਹਕੀਮ ਹੁੰਦੇ ਆਣ ਕਸ਼ ਅਤੇ ਪੀੜ ਜਿਹਨੂੰ ਹੋ ਪਈ ਹੈ ਕੱਖ ਲਿਆ ਹੈ, ਅੱਲਾ ਮਿਹਰਬਾਨੀ ਕਰਦਾ ਉਹਨਾਂ ਦੇ ਆਣ ਛਿਟਾਕੀ ਘਿਓ ਸੱਟੀ ਤਰੋੜ ਪਾਣੀ ਦੀ ਨਵੀਂ ਠੀਕ ਹੋ ਜਾਂਦਾ। ਉਦੋਂ ਘਿਓ ਦੁੱਧ ਘਿਓ ਖੁੱਲ੍ਹਾ ਹੁੰਦਾ ਸੀ? ਖੁੱਲ੍ਹਾ ਹੁੰਦਾ ਬਿਲਕੁਲ।
ਐਂ ਲੱਸੀ ਰੋੜੀਆ ਰਜਕੇ ਉੱਤੇ ਖੱਬੜੇ ਉੱਤੇ ਵੀ ਤਾਂ ਖੱਬੜ ਥਾੜ ਛੱਡੀ ਆਏ ਐਡੀ ਗਾੜੀ ਲੱਸੀ ਹੁੰਦੀ ਹਾਂ ਐਡੀ ਗਾੜੀ ਹੁੰਦੀ ਹੈ ਵੰਡਾ ਮੱਝੀ ਨੂੰ ਪੇਵੇ ਦਰੀ ਤਿਆਰ ਹੁਣ ਤਾਂ ਮੈਂ ਨਹੀਂ ਲੱਭਦੀ ਵੱਡੇ ਵੱਡੇ ਮਾਗ ਵਾਲਿਆਂ ਨੂੰ ਨਾ ਨਾ ਉਸ ਵੇਲੇ ਅੱਜ ਨਾ ਉਹ ਮਰਦ ਰਹੇ ਅਤੇ ਨਾ ਉਹ ਜਨਾਨੀਆਂ ਰਹੀਆਂ ਮੈਂ ਤੈਨੂੰ ਗੱਲ ਦੱਸਾਂ ਠੀਕ ਹੈ ਵੇਲ ਕੇ ਵੇਲਣੇ ਅੱਗੇ ਬਹਿ ਕੇ ਫੁੱਟੀਆਂ ਦੁਨੀਆਂ ਗੱਡਦੀ ਆਈ ਡੰਗੇ ਦੇ ਪੇਵੇ ਕੱਢ ਕੇ ਮੱਝੀ ਯੋਗੇ ਤੇ ਤਾਂ ਉਹ ਲੰਮੀਆਂ ਮੰਜੀ 'ਤੇ ਪਾਉਂਦੀਆਂ ਅੱਜ ਟੁੱਕਰ ਪਕਾਉਣ ਤੋਂ ਉਹ ਵਕਤ ਲੱਗ ਗਿਆ ਉਦੋਂ ਘਿਓ ਕਿਵੇਂ ਮਿਲਦਾ ਹੁੰਦਾ ਸੀ ਕਿਲੋ ਜੇ ਘਿਓ ਲੈਂਦੇ ਘਿਓ ਜਿਹੜਾ ਹੈ ਉਸ ਵੇਲੇ ਆ ਤੂੰ ਮੈਂ ਲੱਸੀ ਲੈਣ ਆ ਗਈ ਕੋਈ ਇਤਨਾ ਉਸ ਨੂੰ ਪਾ ਦੇਈਦਾ ਆਖੀਦਾ ਉਹ ਜਾਣੇ ਗਰੀਬ ਦੁੱਧ ਲੈਣ ਕੋਈ ਆ ਗਿਆ ਉਹਨੇ ਆਖਣਾ ਦੇ ਉਸ ਵੇਲੇ ਗੱਲ ਹੀ ਕੋਈ ਨਹੀਂ ਅੱਜ ਤਾਂ ਗਰਮੀ ਵਾਲੇ ਸਿਰੇ ਉੱਤੇ ਟੁਰ ਜਾਂਦੇ ਨੇ ਚੋਣ ਹੀ ਕਿਸੇ ਨੂੰ ਕੋਈ ਨਹੀਂ ਦਿੰਦਾ ਘਰ ਵੀ ਨਹੀਂ ਖੜਨ ਦਿੰਦੇ ਨਾ ਨਾ ਗੱਲ ਹੀ ਕੋਈ ਨਹੀਂ ਚਾਹ ਪੀ ਪੀ ਕੇ ਜੱਟਾਂ ਦੇ ਹਾਲ ਕੀ ਹੋਏ ਹੋਏ ਸੋਕ ਸੋਕ ਕੇ ਜੋ ਮੁਰਦੇ ਹੁੰਦੇ ਨੇ ਜੋਏ ਫਿਰਦੇ ਪਹਿਲਾਂ ਨਹੀਂ ਸੀ ਪਹਿਲਾਂ ਖੁੱਲ੍ਹਾ ਦੁੱਧ ਖੁੱਲ੍ਹਾ ਘਿਓ ਇੱਕ ਇੱਕ ਮਾਂ ਜਿਹੜੀ ਹੈ ਅੱਠ ਅੱਠ ਨੌ ਨੌ ਕਿਲੋ ਦੁੱਧ ਦਿੰਦੀ ਹੈ ਇਹ ਵੀ ਦਿੰਦੇ ਸੀ ਅੱਜ ਭਾਵੇਂ ਚੋਖੇ ਤੇ ਚੋਖੇ ਵੀ ਲੱਖ ਭਾਰਿਆ ਹੁਣ ਨਾ ਅਤੇ ਤਰੇ ਚੋਂ ਕਿਲਿਆਂ ਤੋਂ ਉੱਤੇ ਕੋਈ ਨਹੀਂ ਜਾਂਦੀ ਕੰਮ ਕਰੀਦਾ ਡੱਗੇ ਵਾਹੀ ਦਿਆਂ ਹਲ ਵਾਹੀ ਦਿਆਂ ਕਿੱਲਾ ਬੋਏ ਵਾਹ ਕੇ ਛੱਡੀ ਦਿਆਂ ਕਿਸ ਟਾਈਮ ਹਲ ਜੋੜਦੇ ਹੋ ਤੇ ਕਿੱਲਾ ਕਿੰਨੀ ਦੇਰ ਚ ਵਾ ਲੈਂਦੇ ਕਿੱਲਾ ਮਾਰ ਕੇ ਦਸ ਕਦੀ ਨਾਲ ਵੱਜਣ ਤੇ ਕਿੱਲੇ ਚ ਜੋਗ ਚੰਗੀ ਆਈ ਅੱਛਾ ਜਿਸ ਵੇ ਮੀਆਂ ਦਾਨ ਦੇਵਿਆ ਉੱਠ ਕੇ ਉੱਕਾ ਵਖਾਣਾ ਵਖਾ ਕੇ ਉੱਕਾ ਹੱਥੇ ਫਾਦਣਾ ਦਾਨ ਪੰਜਾੜ ਲੈਣੇ ਅੱਗੋਂ ਆਪਣੇ ਫਾਦ ਲੈਣੇ ਜਾ ਕੇ ਟਾਕੀ ਵੀ ਜੁੱਤੇ ਨਾ ਬਸ ਜੁੱਟੀ ਲਾਈਏ ਮੁਣ ਖੜਵਾ ਕੇ ਵਾਰੀ ਲਈ ਮੂੰਹ ਚ ਰੌਣਾ ਟੁੱਕਰ ਆ ਜਾਂਦਾ ਉਹ ਫੁਲਕਾ ਖਾਧਾ ਲੱਸੀ ਪੀਤੀ ਪੀ ਕੇ ਮੂੰਹ ਲਾ ਲੈ ਆ ਮੁੰਡ ਦਸ ਕਦੀ ਮੂੰਹ ਅੱਗੋਂ ਆ ਕੇ ਡੱਗਿਆਂ ਨੂੰ ਵੱਧਾ ਉਹਨਾਂ ਨੇ ਪੱਠਿਆਂ ਦੀ ਮੋਟਰ ਸੱਟੀ ਮੱਝੀ ਖੋਲ੍ਹ ਲਈਆਂ ਉਹਨਾਂ ਦੇ ਮਗਰ ਲੱਗਾ ਫਿਰਿਆ ਆ ਮੁਣ ਪਿਛਲੇ ਪਾਰ ਖੋਤੀ ਤੇ ਗਤਿਆ ਜੋ ਲਵਾਣਾ ਟੱਕੇ ਵਿੱਚ ਜਾ ਕੇ ਬਹਿ ਗਿਆ ਦੋ ਦੋ ਵਾਹਣੇ ਪੱਠੇ ਪਰ ਵੱਡੇ ਪਰ ਵਾਹ ਵੀ ਕਦੀ ਨਹੀਂ ਆਈ ਆ ਜੋ ਆ ਜੀ ਕੀ ਨਾ ਆਖੀ ਖਾ ਉਹ ਮਰਦਾ ਰਹਿ ਸੁਣੀ ਆ ਹੁਣ ਤੇ ਉਹ ਨਾ ਸਿਹਤਾਂ ਰਹੀਆਂ ਤੇ ਨਾ ਖਰਾਬ ਨਾ ਆ ਜਿਸ ਦਿਨ ਦੀ ਇਹ ਆ ਨਿਕਲ ਗਈ ਹੈ ਖਾਦ ਅੱਗੋਂ ਸਪਰੇ ਉਸ ਦਿਨ ਦੀ ਮੁਲਕ ਦੀ ਜੜ੍ਹ ਮਰੀ ਗਈ ਹਾਂ ਜੇ ਰੜੀ 'ਤੇ ਅਸਰ ਉਹ ਕਰ ਜਾਂਦੀ ਹੈ ਨਾ ਅਤੇ ਉਹ ਬੰਦਿਆਂ 'ਤੇ ਵੀ ਕਰਦੀ ਹੈ ਭਾਈ ਆ ਆ ਕਿਉਂ ਆ ਜ਼ਹਿਰ ਬਾਦ ਕਿਉਂ ਚੜ੍ਹ ਗਏ ਉਹ ਮੁਲਕ 'ਤੇ ਇਹ ਇਸ ਵਾਸਤੇ ਚੜ੍ਹ ਗਏ ਅਤੇ ਵਿਆਹ ਤੁਹਾਡਾ ਕਦੋਂ ਹੋਇਆ ਸੀ ਵਿਆਹ ਮੈਂ ਨਾ ਤੀਜੀ ਸ਼ਾਦੀ ਪਹਿਲਾ ਵਿਆਹ ਕਦੋਂ ਹੋਇਆ ਸੀ ਉਹ ਤਾਂ ਮੈਂ ਬਿਲਕੁਲ ਉਹ ਜਾਤਕਾਂ ਚਾਹ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਗੱਲ ਹੈ ਜਾਂ ਬਾਅਦ ਦੀ ਪਹਿਲੋਂ ਦੀ ਗੱਲ ਪਹਿਲੋਂ ਦੀ ਗੱਲ ਹਾਂ ਅੱਛਾ ਉਦੋਂ ਵਿਆਹਾਂ ਸ਼ਾਦੀਆਂ 'ਚ ਕੀ ਹੁੰਦਾ ਸੀ ਜਿਵੇਂ ਹੁਣ ਕੀ ਅਤੇ ਉਦੋਂ ਕੀ ਫਰਕ ਕੀ ਹੈ ਵਿਆਹਾਂ ਸ਼ਾਦੀਆਂ 'ਚ ਉਸ ਸ਼ਾਦੀਆਂ ਵਿੱਚ ਵਿਆਹਾਂ ਵਿੱਚ ਇਹ ਹੁੰਦਾ ਕੜਾਹੀ ਅਤੇ ਗੋਸ਼ਤ ਬੰਦੇ ਦਿੰਦੇ ਆ ਸੁਣੀ ਆ ਚਾਵਲਾਂ 'ਤੇ ਬਾਹਰ ਹੈ ਉਹ ਤਾਂ ਬੰਦੇ ਕੜਾਹੀ ਅਤੇ ਗੋਸ਼ਤ ਦਿੰਦੇ ਆ ਦੇਸੀ ਗੇ ਦੀ ਹੁੰਦੀ ਹੈ ਕੜਾਹੀ ਅੱਛਾ ਹਾਂ ਗੋਸ਼ਤ ਜੋਟੇ ਦਾ ਹੁੰਦਾ ਜੋਟੇ ਅਤੇ ਜਿਹੜੀ ਬਰਾਤ ਸੀ ਉਹ ਰਾਤ ਵੀ ਰਹਿੰਦੀ ਸੀ ਦਿਨੇ ਦਿਨੇ ਮੁੜ ਕੇ ਆ ਜਾਂਦੀ ਰਾਤ ਰਾਤੀ ਗਈ ਹੈ ਤੇ ਨਿਮਾਸ਼ੀ ਆ ਫਿਰ ਵੱਡੇ ਵੇਲੇ ਆਉਂਦੇ ਆ ਅੱਛਾ ਰਾਤ ਨਹੀਂ ਸੀ ਰਹਿੰਦੀ ਹਾਂ ਨਾ ਰਾਤ ਰਹਿ ਜਾਂਦੇ ਆ ਅੱਛਾ ਰਾਤ ਰਹਿ ਜਾਂਦੇ ਆ ਗੋਲੀਆਂ ਤੇ ਜਾਂਦੇ ਆ ਅੱਛਾ ਜੀ ਤੇਲੀ ਹੁੰਦਾ ਮਿਸਾਲਾ ਬਣਨ ਦਾ ਜਿਹੜਾ ਚਾਨਣ ਕਰਦਾ ਵਾਹ ਜੀ ਹਾਂ ਅੱਛਾ ਜਾ ਨਾ ਉਹ ਅਗਲੇ ਕੰਮ ਰਹਿ ਨਾ ਅਗਲੀ ਗੱਲ ਦੀ ਕੁਮਾਰ ਦੀ ਕੀ ਡਿਊਟੀ ਹੁੰਦੀ ਸੀ ਕੁਮਾਰੇ ਦੀ ਹੁੰਦੀ ਹੈ ਆਟਾ ਗੁੰਨਣਾ ਰੋਟੀਆਂ ਪਕਵਾਉਣੀਆਂ ਆ ਲੋ ਹੁੰਦੀ ਹੈ ਨਾ ਦਰੀ ਹੋਈ ਹਾਂ ਚਾਲੀ ਜੋਟਾ ਜਾਂ ਵਿੜਕਾ ਹੋਵਿਆ ਢਾਈ ਮਣ ਦਾ ਪੰਤਾਲੀ ਰੁਪਈਏ ਸਾਰੀ ਕੀਮਤ ਉਹਦੀ ਹੁੰਦੀ ਆ ਪੰਤਾਲੀ ਰੁਪਈਏ ਹਾਂ ਕਿਉਂ ਰੁਪਈਏ ਕਿਲੋ ਗੋਸ਼ਤ ਹੁੰਦਾ ਜਿਹੜੀ ਏ ਮਾਂ ਜੋ 400 ਵਰੀਆ ਚੰਗੀ ਮਾਂਜ ਦੇ ਸਕਦੀ 400 ਦੀ ਹਾਂ ਦਾਨ ਜਿਹੜਾ ਹੈ ਸੋਹਣੀ ਜੋਗ ਹਾਂ ਉਹ 500-600 ਰੁਪਈਆ ਵਰੀਆ ਦਾਨ ਤੱਕ ਲੈ ਵੀਦਾ ਇਹ ਜੇ ਅਸੀਂ ਗੱਲ ਕਰੀਏ ਸ਼ਰਮ ਹਯਾ ਦੀ ਪਹਿਲਾਂ ਇੱਕ ਦੂਜੇ ਦੀ ਧੀ ਭੈਣ ਦਾ ਸਾਰੇ ਲੋਕ ਕਰਦੇ ਸਨ ਹਯਾ ਸ਼ਰਮ ਕੋ ਲੰਘਦੀ ਵੱਡਾ ਕਰਦੇ ਹਨ ਅਸੀਂ ਆ ਵੱਡੇ ਵੱਡੇ ਆਸੇ ਤੇ ਕੁੜੀਆਂ ਜਾਤਕ ਰਲ ਕੇ ਸੋਤੇ ਵੀ ਖੇਡਦੇ ਫਿਰੇ ਹਾਂ
ਕੋਈ ਕਿਸੇ ਨੂੰ ਡਰ ਨਹੀਂ ਸੀ, ਖਾਬ ਖਿਆਲ ਵੀ ਕਿਸੇ ਨੂੰ ਕੋਈ ਨਾ ਆਈ ਹੁੰਦੀ ਸ਼ੈਤਾਨ ਪੁਣੇ ਵਾਲੀ। ਅਤੇ ਹੁਣ ਹੁਣ ਤਾਂ ਐਡੇ ਐਡੇ ਬੱਚੇ ਨੂੰ ਨਾਨੂੰ ਵੀ ਸਾਰਾ ਪਤਾ, ਬੋਲ ਕੋਈ ਨਹੀਂ, ਇਹਨਾਂ ਟੀਵੀਆਂ ਫਾਦ ਕੇ ਜੜ ਮਾਰ ਛੱਡੀ। ਆਹ ਜਿਹੜੇ ਇਹ ਨਿਕਲ ਗਈਆਂ ਨਾ ਟੀਵੀਆਂ, ਇਹਨਾਂ ਟੀਵੀਆਂ ਫਾਦ ਕੇ ਅਤੇ ਆਹ ਫੋਨ, ਆਹ ਕਿਉਂ ਬੇੜਾ ਮੁਰਖ ਦਾ ਗਰਕ ਹੋ ਗਿਆ, ਇਹਨਾਂ ਫਾਦ ਕੇ ਜੜ ਮਾਰ ਛੱਡੀ। ਤੁਹਾਡਾ ਛਿੰਮੋ ਇਹ ਪਿੰਡ, ਇਹਦੇ ਨਾਲ ਨਾਲ ਦੇ ਕਿਹੜੇ ਕਿਹੜੇ ਪਿੰਡਾਂ 'ਚ ਹਿੰਦੂ ਰਹਿੰਦੇ ਹਨ ਨਾਲ ਜਿਹੜੇ ਪਿੰਡ ਨੇ? ਖਨਾਣੀ ਵਾਲੇ ਰਹਿੰਦੇ ਆਣ ਅਤੇ ਜਾਂ ਸਾਹਣੇ ਆਣ। ਅੱਛਾ, ਹੋਰ ਸਾਡੇ ਦੋ ਕੋਲ ਬੱਲੜਾ ਉੱਥੇ ਬਣਾਉਂਦੇ ਕੋਈ ਨਾ। ਅਤੇ ਆਪਣੇ ਪਿੰਡ ਦੇ ਜਿਹੜੇ ਲੋਕ ਸਨ, ਸੌਦਾ ਸੂਦ ਕਿੱਥੋਂ ਲੈਣ ਜਾਂਦੇ ਸਨ ਘਰ ਦਾ, ਜਿਵੇਂ ਸ਼ਹਿਰ ਜਾਂਦੇ ਹੋ ਨਾ ਤੁਸੀਂ ਪਾਲੀਏ ਜਾਂ ਮੰਡੀ, ਉਦੋਂ ਕਿੱਥੇ ਜਾਂਦੇ ਹੁੰਦੇ ਹੋ? ਉਹ ਸੌਦਾ ਇਹਨਾਂ ਪੇਵੇ ਲਿਆਉਣੇ ਹੋਣਾ ਤਾਂ ਉਹ ਜਾ ਕੇ ਮੰਡੀਓ ਲੈ ਆਉਂਦੀ ਆ। ਅੱਛਾ, ਹੁਣੇ ਦੂਜਿਆਂ ਨੂੰ ਉੱਥੋਂ ਦੁਕਾਨਾਂ ਤੋਂ ਹੀ ਆਪਣਾ ਲੈਂਦੇ ਰਹੇ। ਕੀ ਉਦੋਂ ਜਿਹੜਾ ਨਾ ਮੰਡੀ ਜਾਣਾ ਹੁੰਦਾ ਸੀ, ਕਾਹਦੇ 'ਤੇ ਜਾਂਦੇ ਹੁੰਦੇ? ਗੱਡੀ 'ਤੇ, ਇਹ ਟ੍ਰੇਨ ਚੱਲਦੀ? ਆ ਲਿਓ ਬਹਿ ਜਾਣਾ, ਲੱਗੇ ਜਾਣਾ, ਮੈਂ ਬੋਰੀ ਮੋਢੇ 'ਤੇ ਧਰ ਕੇ ਉੱਥੋਂ ਆ ਲਿਓ ਤਾਂ ਛਿੰਮੋ 'ਚ ਲੈ ਜਾਂਦੀ ਆ ਪੇਵੇ ਤੋਂ, ਬੋਰੀ ਚੁੱਕ ਕੇ ਪੇਵਿਆਂ ਦੀ ਮੋਢੇ ਧਰ ਕੇ ਲੈ ਜਾਂਦੀ ਆ। ਅਤੇ ਹੁਣ ਦੇ ਮੁੰਡੇ ਤਾਂ ਨਹੀਂ ਚੁੱਕ ਸਕਦੇ ਬੋਰੀ? ਕੋਈ ਨਹੀਂ, ਆ ਕਣਕੇ ਦੀ ਬੋਰੀ ਡਹਿ ਪਵਿਆ ਖੋਤੀ 'ਤੇ ਲੱਦੀ, ਭਰ ਕੇ ਕੜਾਵਤ ਖੋਤੀ 'ਤੇ ਲੱਦ ਲੈਂਦੀ ਹੈ। ਆਹਲੇ ਤੋਂ ਮੰਡੀ ਦਾ ਕਿਰਾਇਆ ਕਿੰਨਾ ਹੁੰਦਾ ਹੈ? ਤਰੇ ਅੰਨ, ਤਰੇ ਅੰਨ, ਤਰੇ ਅੰਨ, ਵਾਹ ਜੀ ਵਾਹ। ਉਦੋਂ ਤਾਂ ਫਿਰ ਪੈਸੇ ਦੀ ਬੜੀ ਕਦਰ ਸੀ, ਅਤੇ ਪੈਸੇ ਉਦੋਂ ਕਿਹੜੇ ਕਿਹੜੇ ਚੱਲਦੇ ਹਨ? ਆਨਾ, ਦਮੜੀ, ਪੈਸਾ, ਕੀ ਚੱਲਦਾ ਹੁੰਦਾ ਸੀ ਜਿਹੜਾ ਤੁਸੀਂ ਵੇਖਿਆ? ਆ ਪੈਸੇ ਆ ਰੁਪਈਏ ਚਾਂਦੀ ਦੇ ਆਉਂਦੇ ਹਨ, ਦੂਜੇ ਉਹ ਦਮੜੀਆਂ ਹਨ, ਇਹ ਚੱਲਦੀਆਂ ਹਨ। 13 ਆਨੇ ਅਤੇ ਗੱਡੀ ਦਾ ਕਿਰਾਇਆ ਗੁਜਰਾਤ ਦਾ ਆ। 13 ਆਨੇ ਆਲੇ ਤੋਂ, ਆਲੇ ਤੋਂ ਲਾ ਕੇ ਗੁਜਰਾਤ ਦਾ। ਅੱਗੋਂ ਕੁਝ ਜਿਹੜੇ ਕੁਆਂਖ ਜਾਂਦੇ ਹਨ ਟਾਂਗੇ, ਹਿੰਦੂ ਆਣ, ਅੱਛਾ, ਉਹਨਾਂ ਟਾਂਗੇ ਬਣਾਏ ਹੋਏ ਆਣ, ਠੀਕ ਹੈ, 2 ਰੁਪਈਏ ਸਵਾਰੀ ਲੈਂਦੇ ਹਨ ਉਹ, 2 ਰੁਪਈਏ ਸਵਾਰੀ ਦੇ, ਉਹ ਟਾਂਗਾ ਕੁਆਂਖ ਤੋੜੀ ਜਾਂਦਾ, ਅੱਗੋਂ 3 ਕੋ ਪਾਸ ਪੈਦਲ ਤੁਰਨਾ ਪਾਉਂਦਾ, ਪਹਾੜੀ ਇਲਾਕਾ ਕਦੀ ਹੇਠਾਂ ਲੈ ਗਿਆ ਤਾਂ ਕਦੀ ਉੱਤਰ ਚੜ ਗਿਆ, ਸਰ ਕੋਤਵੇ ਕੋਈ ਨਾ ਆਈ, ਪੇਰੋ ਸ਼ਾਹ ਤੱਕ ਕੋਈ ਵੱਲ ਆਈ, ਅੱਗੋਂ ਨਿਰੀ ਉਹ ਕੱਚੀ ਆਈ, ਖੁੱਲੀਆਂ ਹਨ ਸੜਕਾਂ, ਅਤੇ ਖੱਤਰੀ ਹੁਣ ਬੋਛੀ ਘੋੜੇ ਅੜੋ ਤੜੀ ਛੱਡਣੇ। ਅੱਛਾ, ਇਹ ਕੁਆਂਖ ਆ ਹੀ ਖੱਤਰੀਆਂ ਦਾ, ਉਹ ਕਿਹੜੇ ਪਾਸੇ ਕੁਆਂਖ? ਕੁਆਂਖ ਲਾਲੇ ਮੂਸੇ ਜਾਈਏ ਤਾਂ ਤਾਂ ਵੀ 16 ਕੋ ਪਾ 15 ਕੋ ਬਣਦਾ, ਅਤੇ ਜੇ ਗੁਜਰਾਤ ਵੱਲੋਂ ਜਾਈਏ ਤਾਂ ਤਾਂ ਵੀ ਇਹ 16 ਕੋ ਬਣਦਾ, ਉਹ ਪਾ ਦੋਵਾਂ ਪਾਸੇ 16 ਕੋ ਬਣਦਾ, 16 ਕੋ। ਅੱਛਾ, ਅਜਨਾਲਾ, ਟਾਂਡਾ, ਮੋਟਾ, ਇਹ ਇਸ ਸਾਈਡ 'ਤੇ ਇਹ ਕੁਆਂਖ ਜਿਹੜਾ ਸਾਡੇ ਲੋਕੇ ਦਾ ਸ਼ੇਰਾ ਨਾਂ ਆ, ਸ਼ੇਰਾ ਲਿਲਾਰੀ ਆ। ਅੱਛਾ, ਉੱਥੇ ਉਹ ਰਿਹਾ ਆ, ਉਹ ਜਨਾਨੀ ਉਹਦੀ ਉਦਲੀ ਆਈ ਕੁਆਂਖ ਦੀ। ਅੱਛਾ, ਉੱਥੇ ਉਹ ਰਿਹਾ, ਅਖੀਰੀ ਮੁੰਡਾ ਛਿੰਮੋ 'ਚ ਆ ਗਿਆ, ਤੁਰਿਆ ਆ ਉੱਥੋਂ। ਇੱਕ ਤੁਸੀਂ ਉਹ ਮਾਲਕ ਦੀ ਘਰ ਵਾਲੀ ਦਾ ਵੀ ਨਾਂ ਦੱਸਦੇ ਹੋ, ਕੀ ਨਾਂ ਸੀ ਉਹਦਾ? ਵੀਰੋ, ਅਤੇ ਉਹ ਵੀ ਬਹਿੰਦੀ ਸੀ ਉੱਥੇ ਆਪਣਾ ਚੱਕੀ 'ਤੇ? ਨਾ, ਉਹ ਕੋਈ ਨਾ ਬਣਦੀ, ਉਹ ਘਰ ਬਣਦੀ। ਘਰ ਵੀ ਇਹਨਾਂ ਦਾ ਇੱਥੇ ਸੀ ਛਿੰਮੋ ਹੀ? ਉੱਥੇ ਹੀ, ਮੈਂ ਤੈਨੂੰ ਦੱਸਿਆ ਨਹੀਂ, ਬੋਏ ਉਹਨਾਂ ਬਥੇਰੀ ਲਈ ਜਾਈ, ਵਿਘਾ ਬੂੰਦਾ ਛੇਂਕ ਨਾਲੀ, ਜਿਹਨਾਂ ਉਹ ਖਨਾਣਿਆਂ ਦਿਆਣ ਉਹ ਲੈਂਦੇ ਰਹਿੰਦੇ ਹਨ ਪੈਸੇ, ਆ ਜ਼ਮੀਨ ਵਾਹੁਣ ਵਾਲੀ ਲੈ ਲਈ ਦੂਜੀ। ਅੱਛਾ, ਉਹ ਡੱਖਣ ਨਹਿਰੋ ਅਦਮਾਣਿਆ ਹਨ, ਉਹ ਜਿਹੜੇ ਉਹ ਸਹੀ ਕਿਹਾ ਉਹਨਾਂ 15 ਕਿੱਲੇ ਲਈ ਜਾਈ। ਅੱਛਾ, ਉਹ ਮਨਖੀਰੀ ਕਿਰਪਾਨਾਂ ਲੈ ਕੇ ਕੋਈ ਵੰਡੀ ਬਣੀ, ਕਿਰਪਾਨਾਂ ਲੈ ਕੇ ਗਏ, ਖੁਦਾ ਇਮਾਨ ਦੇ ਪਿਓ ਮੇਰਾ ਵਗਿਓ ਸਾ ਕਿਹਾ, ਦੀਆ ਵਧਿਆ ਤੂੰ ਇਕੱਲਾ, ਇਹ ਜੱਟ ਬੇਵਕੂਫ ਹੁੰਦੇ ਨਹੀਂ, ਮਾਰ ਛੱਡ ਨਹੀਂ ਦੇ, ਜਾ ਕੇ ਕੇਸ ਕਰ ਲਓ। ਉਹ ਹੁਣ ਵੱਗੇ ਉਹ ਟੋਰ ਛੱਡੇ ਪਿਛਾਂ, ਉਹ ਕਿਰਪਾਨਾਂ ਲੈ ਕੇ ਗਏ ਉਹ ਤਲਵਾਰੀ, ਜਿੱਥੇ ਪਿਛਾਂ ਆਏ ਪਿਓ ਆਖਿਆ ਪੱਟ ਛੱਡਿਆ, ਅਤੇ ਉਸ ਜਾ ਕੇ ਰਿਪੋਰਟ ਮੁਨਸ਼ੀ ਨੂੰ ਘੋੜਾ ਦਿੱਤਾ, ਦੇ ਕੇ ਤਾਂ ਉੱਥੋਂ ਪਰਚਾ ਕਟਾ ਛੱਡਿਆ। ਉਹ ਪੁਲਿਸ ਟਾਂਗੇ 'ਤੇ ਆ ਗਈ। ਅੱਛਾ, ਉਹਨਾਂ ਆਖਿਆ ਚਲੋ ਜੀ, ਦੋ ਬਿਰਾ ਕਸ਼ਮੀਰੀ ਵੀ ਨੇ। ਅੱਛਾ, ਉਹਨਾਂ ਆਖਿਆ ਚੱਲਨੇ ਆ। ਉਹ ਜਿਸ ਵੇ ਨਿਕਲ ਖਾ, ਉਹਨਾਂ ਆਖਿਆ ਉਹ ਚਾਚਾ ਮੇਰਾ ਇੱਕ ਮਮਦੀਨ ਨਾ ਆਇਆ, ਉਹਨਾਂ ਆਖਿਆ ਬਾਹਰ ਹੁਣ ਤਾਂ ਵੇਰ ਦੇਣ। ਅੱਛਾ, ਥਾਣੇ ਵਿੱਚ ਗਏ, ਉਹਨਾਂ ਆਖਿਆ ਨਿਕਲ ਇੱਧਰ, ਡੰਡ ਘੱਟ ਪੀਓ ਮੇਰੇ, ਆਖਿਆ ਨਾ ਡੰਡ ਕੋਈ ਨਹੀਂ ਕੱਢਣੀ, ਕਿਹੜਾ ਕੋਈ ਕਤਲ ਕੀਤਾ। ਅੱਛਾ, ਉਹ ਉਸ ਕੀਤਾ ਪੀਰ ਅਨਾਇਤ ਨੂੰ ਫੋਨ। ਅੱਛਾ, ਤੇਰੀ ਠੀਕ ਹੈ, ਉਹ
ਵੀਰ ਫੋਨ ਕੀਤਾ ਉਸ ਆ ਕੇ ਉਸ ਥਣੇਦਾਰ ਨੂੰ ਆਖਿਆ ਸਾਡੇ ਬੱਚੇ ਨੂੰ ਖਬਰਦਾਰ ਜੇ ਕੋਈ ਗੱਲ ਕੀਤੀ ਹੋਈ ਤੇ ਇਹਨਾਂ ਨੂੰ ਘਰ ਗੱਲ ਛੱਡ ਬਿਲਕੁਲ ਨਾ ਬਾਈ ਇਹ ਜੱਟਾਂ ਪਰ ਉਹ ਮੁਕਣੀ ਹੈ ਅਤੇ ਤਾਂ ਮੁਕਣੀ ਤੇਰੇ ਕੋਲ ਨਹੀਂ ਮੁਕਣੀ ਉਹ ਸੋਤੇ ਵੀ ਉਠਾ ਛੱਡਿਆ ਇਹ ਮੁੰਡਾ ਆ ਘਰ ਆ ਗਿਆ ਠੀਕ वकत चंगे सन के हुण वकत अगले ही चंगा बंदे नूं बंदे दी लोड़ हुंदी है आज बंदे नूं बंदे दी लोड़ कोई नहीं वक्त अगले ही चंगे जेड़े लंघ गए आज बंदे नू आज दिन इहदे कोल जो कुछ है वो भी खोल।